ਆਖਿਰਕਾਰ ਕੌਣ ਹੈ ਉਹ ਸ਼ਖਸ ਜੋ 100 ਰੁਪਏ ਦੇ ਇਸ ਨੋਟ ਦੇ ਨਾਲ ਮੱਥਾ ਟੇਕ ਗਿਆ ਕਿ ਹੁਣ ਪੁਲਿਸ ਉਸ ਨੂੰ ਲੱਭ ਰਹੀ ਹੈ। ਇੱਥੋਂ ਤੱਕ ਕਿ CCTV ਕੈਮਰੇ ਵੀ ਖੁੰਘਾਲੇ ਜਾ ਰਹੇ ਨੇ ਤਾਂ ਜੋ ਉਸ ਸ਼ਖਸ ਦਾ ਪਤਾ ਲੱਗ ਸਕੇ ਜਿਸ ਨੇ 100 ਰੁਪਏ ਦਾ ਮੱਥਾ ਟੇਕਿਆ। ਜੀ ਹਾਂ, ਇੱਕ ਮੰਦਿਰ ਦੇ ਵਿੱਚ ਕੋਈ ਸ਼ਖਸ ਪਾਕਿਸਤਾਨੀ 100 ਰੁਪਏ ਦੇ ਨੋਟ ਨਾਲ ਮੱਥਾ ਟੇਕ ਗਿਆ। ਸਵੇਰ ਵੇਲੇ ਜਦੋਂ ਇੱਕ ਸ਼ਰਧਾਲੂ ਆਇਆ ਤਾਂ ਇਹ ਨੋਟ ਸ਼ਿਵਲਿੰਗ ਦੇ ਕੋਲ ਪਿਆ ਸੀ। ਜੋ ਸ਼ਰਧਾਲੂ ਦੇ ਨਜ਼ਰੀ ਪਿਆ, ਇੱਕ ਤਰੀਕੇ ਦੇ ਨਾਲ ਹੜਕੰਪ ਮੱਚ ਗਿਆ। ਹੁਣ CCTV ਕੈਮਰੇ ਖੁੰਘਾਲੇ ਜਾ ਰਹੇ ਨੇ। ਮੰਦਿਰ ਦੀ ਕਮੇਟੀ ਦੇ ਵੱਲੋਂ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਤਾਂ ਹੁਣ ਪੁਲਿਸ ਦੇ ਵੱਲੋਂ ਮੰਦਿਰ ਦੇ CCTV ਕੈਮਰੇ ਖੁੰਘਾਲੇ ਜਾ ਰਹੇ ਨੇ ਤਾਂ ਜੋ ਇਹ ਪਤਾ ਲੱਗ ਸਕੇ ਕਿ ਆਖਿਰਕਾਰ ਪਾਕਿਸਤਾਨੀ 100 ਰੁਪਏ ਦੇ ਇਸ ਨੋਟ ਨਾਲ ਕਿਸ ਨੇ ਮੱਥਾ ਟੇਕਿਆ। ਜ਼ਿਲ੍ਹਾ ਪਠਾਨਕੋਟ ਦਾ ਇਹ ਬਰਫਾਨੀ ਮੰਦਿਰ ਹੈ ਜਿੱਥੇ ਸ਼ਿਵਲਿੰਗ ਦੇ ਕੋਲ ਇੱਕ ਮੂਰਤੀ ਪਈ ਹੈ। ਉਸ ਮੂਰਤੀ ਦੇ ਅੱਗੇ 100 ਰੁਪਏ ਦਾ ਮੱਥਾ ਟੇਕਿਆ ਹੋਇਆ ਤਾਂ ਉਹ ਪਾਕਿਸਤਾਨੀ ਨੋਟ ਹੈ, ਜਿਸ ਤੋਂ ਬਾਅਦ ਹੜਕੰਪ ਮੱਚ ਗਿਆ। ਖਾਸ ਗੱਲ ਇਹ ਹੈ ਕਿ ਮੰਦਿਰ ਤੋਂ ਕੁਝ ਦੂਰੀ 'ਤੇ ਪਠਾਨਕੋਟ ਏਅਰਫੋਰਸ ਸਟੇਸ਼ਨ ਪੈਂਦਾ ਜਿੱਥੇ ਕੁਝ ਸਾਲ ਪਹਿਲਾਂ ਆਤੰਕੀ ਹਮਲਾ ਹੋ ਚੁੱਕਿਆ। ਤਾਂ ਇਸ ਘਟਨਾ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਨੇ ਜਿਹੜੀਆਂ ਉਹ ਮੁਸਤੈਦ ਹੋ ਚੁੱਕੀਆਂ ਨੇ। ਤਾਂ ਆਖਿਰਕਾਰ ਕਿਸ ਸ਼ਖਸ ਦੇ ਵੱਲੋਂ ਪਾਕਿਸਤਾਨੀ ਨੋਟ ਦੇ ਨਾਲ ਮੰਦਿਰ ਦੇ ਵਿੱਚ ਮੱਥਾ ਟੇਕਿਆ ਗਿਆ, ਚੜਾਵਾ ਚਾੜਿਆ ਗਿਆ, ਇਹ ਪਤਾ ਕਰਨ ਦੇ ਵਿੱਚ ਪੁਲਿਸ ਲੱਗੀ ਹੋਈ ਹੈ। ਨੇੜੇ ਦੇ CCTV ਕੈਮਰੇ ਖੁੰਘਾਲੇ ਜਾ ਰਹੇ ਨੇ ਤਾਂ ਜੋ ਉਸ ਸ਼ਰਧਾਲੂ ਦਾ ਪਤਾ ਲੱਗ ਸਕੇ ਕਿ ਉਹ ਕੌਣ ਸੀ ਜਿਸ ਦੇ ਵੱਲੋਂ ਪਾਕਿਸਤਾਨੀ ਨੋਟ ਇਸ ਮੰਦਿਰ ਦੇ ਵਿੱਚ ਚੜਾਇਆ ਗਿਆ ਜਾਂ ਕਹਿ ਦਈਏ ਉਸ ਦੇ ਨਾਲ ਮੱਥਾ ਟੇਕਿਆ ਗਿਆ। ਭਾਜੀ ਕੀ ਨਾਮ ਹੈ ਤੇ ਕੀ ਗੱਲ ਬਾਤ ਹੈ? ਸਰ ਮੇਰਾ ਨਾਮ ਰਾਕੇਸ਼ ਸਿੰਘ ਹੈ। ਮੈਂ ਰੋਜ਼ ਸਵੇਰੇ ਮੰਦਿਰ ਆਉਂਦਾ ਪੂਜਾ ਲਈ ਅਤੇ ਅੱਜ ਸਵੇਰੇ ਜਿਸ ਤਰ੍ਹਾਂ ਸ਼ਿਵਲਿੰਗ ਨੂੰ ਜਲ ਢਾਲਿਆ ਅਤੇ ਸ਼ਿਵ ਦੀ ਮੂਰਤੀ ਦੇ ਸਮੀਪ ਨਾ ਪਾਕਿਸਤਾਨੀ 100 ਰੁਪਏ ਦਾ ਨੋਟ ਸੀ ਅਤੇ ਜਿਹਨੂੰ ਵੇਖ ਕੇ ਹੈਰਾਨਗੀ ਹੋਈ ਅਤੇ ਫਿਰ ਮੈਂ ਤਤਕਾਲ ਹੀ ਆਪਣੇ MCA ਸ਼ਕਤੀ ਸਿੰਘ ਜੀ ਉਹਨਾਂ ਨੂੰ ਕੀਤਾ ਅਤੇ ਕਾਲ ਅਤੇ ਉਹਨਾਂ ਨੇ ਅੱਗੇ ਪੁਲਿਸ ਨੂੰ ਕਾਲ ਕੀਤਾ ਅਤੇ ਆ ਕੇ ਤਫਤੀਸ਼ ਚੱਲ ਰਹੀ ਹੈ। ਕਿੰਨੇ ਵਜੇ ਗੱਲ ਸਰ? ਇਹ 8:30 ਦੀ ਗੱਲ ਹੈ, 7:30 ਦੀ ਗੱਲ ਹੈ। ਕੀ ਇਨਫੋਰਮੇਸ਼ਨ ਆਈ ਜਿਹੜੇ ਮੰਦਿਰ ਨੂੰ? ਸਵੇਰੇ ਸਾਨੂੰ ਫੋਨ ਆਇਆ ਰਾਕੇਸ਼ ਕੁਮਾਰ ਵੱਲੋਂ ਕਿ ਮੈਂ ਇੱਥੇ ਮੰਦਿਰ ਮੱਥਾ ਟੇਕਣਾ ਕਿ ਪਾਕਿਸਤਾਨੀ ਨੋਟ ਮੈਨੂੰ ਮਿਲਿਆ ਵਾ। ਉਹਦਾ ਹੱਥ ਇੱਥੇ ਆਏ ਹਾਂ, 100 ਦਾ ਨੋਟ ਆ ਪਾਕਿਸਤਾਨ ਦਾ, ਉਹ ਜਨਾਹ ਦੀ ਉੱਤੇ ਫੋਟੋ ਆ, ਲਾਲ ਰੰਗ ਦਾ ਨੋਟ ਆ। ਇਹਦੇ ਵਿੱਚ ਕੈਮਰੇ ਚੈੱਕ ਕਰ ਰਹੇ ਹਾਂ ਕਿ ਕੌਣ ਇੱਥੇ ਚੜ੍ਹਾ ਗਿਆ ਵਾ, ਕੌਣ ਰੱਖ ਗਿਆ ਮੰਦਿਰ ਦੀ ਸ਼ਿਵਜੀ ਮਹਾਰਾਜ ਦੀ ਫੋਟੋ 'ਤੇ ਨਾ ਆਪਣੇ ਮੂਰਤੀ ਦੇ ਨਾਲ ਨੋਟ ਪਿਆ ਸੀ ਉਹਦੇ ਕਹਿਣ ਮੁਤਾਬਕ। CCTV ਕੈਮਰੇ ਚੈੱਕ ਕਰ ਰਹੇ ਹਾਂ, ਲੋਕ ਤਾਂ ਇੱਥੇ ਕਾਫੀ ਆ ਰਹੇ ਆ, ਪਤਾ ਨਹੀਂ ਹਾਲੇ ਉਹਦੇ ਕਲੀਅਰ ਨਹੀਂ ਹੋ ਰਿਹਾ ਕਿ ਸਾਰੇ ਜਿੰਨਾ ਜਿਹੜਾ ਵੀ ਉਹਦਾ ਮੰਦਿਰ ਮੱਥਾ ਟੇਕਦਾ ਵਾ, ਨਾਲ ਹੀ ਸ਼ਿਵਜੀ ਮਹਾਰਾਜ ਨੂੰ ਮੱਥਾ ਟੇਕਦਾ ਵਾ। ਛੋਟੀ ਜਿਹੀ ਚੀਜ਼ ਆਪਣੀ ਕੌਣ ਰੱਖ ਗਿਆ ਹੈਗਾ ਇੱਥੇ, ਉਹ ਵੇਖਦੇ ਹਾਂ ਹੁਣ ਜੇ ਕੋਈ ਕਲੀਅਰ ਹੋ ਗਿਆ ਜਿਹੜਾ ਕੋਈ ਬੰਦੇ ਰੱਖਿਆ ਹੈਗਾ ਕਿੱਥੋਂ ਦਾ ਨਹੀਂ। ਜ਼ਿਆਦਾ ਇੱਥੇ ਟੂਰਿਸਟ ਆਉਂਦੇ ਆ ਅਤੇ ਹੁਣ ਜੇ ਇਹਦੇ ਲੋਕਲ ਕੋਈ ਬੰਦਾ ਉਹ ਰੱਖ ਗਿਆ ਫਿਰ ਤੋਂ ਵੈਰੀਫਾਈ ਕਰਾਂਗੇ, ਜੇ ਕੋਈ ਵੱਧ ਹੋਏਗਾ ਤਾਂ ਫਿਰ ਉਹਦੇ ਬਾਰੇ ਵੀ ਕਰਾਂਗੇ ਕੀ ਆ।